ਇਹ ਘਟਨਾ ਜੀ ਸਾਡੇ ਪਿੰਡ ਦਾ ਇੱਕ ਬਾਜ਼ੀਗਰ ਮਤਲਬ ਜਾਤੀ ਨਾਲ ਸੰਬੰਧਿਤ ਲੜਕਾ ਸੀ, ਜਿਸ ਦੀ ਦੁਕਾਨ ਸੀਗੀ ਇੱਥੇ ਕਰਨੀ ਵਾਲੇ ਪਾਈ ਹੋਈ ਸੀ, ਟਾਇਰਾਂ ਨੂੰ ਪੈਂਚਰ ਲਾਉਣ ਵਾਸਤੇ ਸੀਗਾ। ਉਹ ਰਾਤੀ ਮਤਲਬ ਪੈਂਚਰ ਲਾਈ ਜਾਂਦਾ ਸੀ ਅਤੇ ਪਿੱਛੋਂ ਮਤਲਬ ਉਹ ਗੱਡੀ ਦੇ ਪੈਂਚਰ ਲਾਉਂਦਿਆਂ ਲਾਉਂਦਿਆਂ ਇੱਕ ਪਿੱਛੋਂ ਟਰੱਕ ਆਇਆ ਜਿਹੜਾ ਕਿ ਉਹਦੇ ਲਾਉਂਦੇ ਪੈਂਚਰ ਦੇ ਉੱਪਰ ਚੜ ਗਿਆ ਅਤੇ ਉਸਦੀ ਮੌਕੇ 'ਤੇ ਡੈਥ ਹੋ ਗਈ। ਇਹ ਬਹੁਤ ਮਤਲਬ ਗਰੀਬ ਪਰਿਵਾਰ ਆ ਵਿਚਾਰੇ, ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਦੇ ਐਕਸੀਡੈਂਟ ਹੋ ਚੁੱਕਿਆ। ਇਹਦੀ ਮਿਸਿਜ ਜਿਹੜੀ ਆ ਉਹਦਾ ਅਪਰੇਟ ਹੋਇਆ ਪਿਆ ਘਰੇ ਪਈ ਉਹ, ਅਤੇ ਇਹ ਇਕੱਲਾ ਹੀ ਮਤਲਬ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਦੇ ਕੋਈ 5-7 ਸਾਲ ਦਾ ਬੱਚਾ ਇੱਕ ਹੈ, ਇਹ ਇਹਨਾਂ ਦਾ ਫਾਦਰ ਹੈ ਜਿਹੜੇ ਕਿ ਮਤਲਬ ਪਿੰਡ ਵਿੱਚ ਸਾਡੇ ਇੱਕ ਮਜ਼ਦੂਰੀ ਕਰਕੇ ਟਾਈਮ ਪਾਸ ਕਰਦੇ ਨੇ। ਪੁਲਿਸ ਨੇ ਕਾਰਵਾਈ ਕਰਤੀ ਜੀ, ਉਹਨਾਂ ਨੇ ਮਤਲਬ ਜੋ ਅਸੀਂ ਕਿਹਾ ਉਹਨਾਂ ਨੇ ਪਰਚਾ ਕਰਤਾ ਜੀ ਉਹਨਾਂ 'ਤੇ, ਹੁਣ ਅੱਗੇ ਵੇਖੋ ਕੀ ਹੈ। ਇਹ ਰਾਤੀ ਮਤਲਬ 10-10:30 ਵਜੇ ਘਰੋਂ ਆਇਆ ਜੀ ਖਾਣਾ ਖਾ ਕੇ, ਅਤੇ ਉਸ ਤੋਂ ਮਗਰੋਂ ਕੋਈ ਇਹ 12-12:30 ਵਜੇ ਦੀ ਸਤਪਾਲ ਸਿੰਘ ਤੇ ਮਲਕੀਤ ਸਿੰਘ ਸੋਥੇ ਦਾ ਰਹਿਣ ਵਾਲਾ ਸੀਗਾ। ਇਹ ਗੁਰਦੁਆਰੇ ਦੇ ਕੋਲ ਇੱਥੇ ਕਰਨੀ ਵਾਲੇ ਜਿਹੜੀ ਉਹਦੀ ਪੈਂਚਰ ਲਾਉਣ ਦੀ ਦੁਕਾਨ ਸੀਗੀ। ਰਾਤ ਜੇ ਕਰੀਬ 11:30 ਤੋਂ ਬਾਅਦ ਇੱਥੇ ਟਰੱਕਾਂ ਦੇ ਜਿਹੜਾ ਪੈਂਚਰ ਹੋ ਗਿਆ ਸੀਗਾ, ਉਹ ਪੈਂਚਰ ਲਾਉਣ ਵਾਸਤੇ ਆਇਆ ਸੀਗਾ, ਅਤੇ ਜਿਹੜਾ ਜਿਸ ਟਰੱਕ ਦਾ ਪੈਂਚਰ ਲਾ ਰਿਹਾ ਸੀਗਾ, ਉਦੋਂ ਪਿੱਛੋਂ ਮੁਕਤਸਰ ਸਾਈਡ ਤੋਂ ਇੱਕ ਟਰੱਕ ਆਇਆ, ਉਸ ਟਰੱਕ ਨੇ ਉਹ ਜਿਹੜਾ ਇਹ ਪੈਂਚਰ ਲਾ ਇਹਦੇ ਵਿੱਚ ਮਾਰੇ, ਅਤੇ ਜਿਹੜੀ ਉਹਦੀ ਮੌਕੇ 'ਤੇ ਮੌਤ ਹੋ ਗਈ ਹੈ, ਅਤੇ ਕਾਰਵਾਈ ਕਰ ਰਹੇ ਹਾਂ ਜੀ। ਸਰ ਉਹਦੀ ਲਾਸ਼ ਉਹਦੀ ਜਿਹੜੀ ਹੈਗੀ ਅਸੀਂ ਡੈਡ ਹਾਊਸ ਦੇ ਵਿੱਚ ਸਿਵਲ ਹਸਪਤਾਲ ਮੋਟਰ ਰੱਖੀ ਹੋਈ ਹੈਗੀ ਹੈ, ਅਤੇ ਜਿਹੜਾ ਬਾਅਦ ਪੋਸਟਮਾਰਟਮ ਜਿਹੜੀ ਹੈਗੀ ਆ। ਜਿਸ ਟਰੱਕ ਵੱਲੋਂ ਇਹ ਐਕਸੀਡੈਂਟ ਕੀਤਾ ਗਿਆ, ਉਸ ਡਰਾਈਵਰ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਜਾਂ ਚੋਟ ਕੇ ਉਹਦਾ ਜਾਨੀ ਮਾਨੀ ਨੁਕਸਾਨ ਨਹੀਂ? ਉਹ ਅਜੇ ਸਾਡੇ ਨੂੰ ਪਤਾ ਲੱਗਾ ਹੈਗਾ ਵੀ ਉਹਨਾਂ ਦੀ ਸੱਟ ਲੱਗੀ ਹੋਈ ਹੈ, ਪਰ ਅਜੇ ਕੋਈ ਉਹਨਾਂ ਦਾ ਜ਼ਿਆਦਾ ਮੇਜਰ ਨੁਕਸਾਨ ਨਹੀਂ ਹੈ। ਹੋਸਪਿਟਲ 'ਚ ਐਡਮਿਟ ਆਈ ਜਾਂ ਉਹ ਸੁਣਾ ਰਿਹਾ ਹੋਸਪਿਟਲ ਨਹੀਂ? ਇਹ ਸਾਡੇ ਕੋਲ ਮਤਲਬ ਕੋਈ ਹਾਂਜੀ ਹਾਂਜੀ ਕੋਈ ਇਹਦਾ ਇਨਫੋਰਮੇਸ਼ਨ ਨਹੀਂ ਆਈ ਕਿ ਉਹਦੇ ਬਾਰੇ ਡਰਾਈਵਰ ਕਿੱਥੇ ਆ ਕਿੱਥੇ ਨਹੀਂ। ਹਾਂ ਹਾਂ ਮੌਕੇ ਤੋਂ ਫਰਾਰ ਹੀ ਹੈ।